ਪੰਜਾਬ ਦੀ ਸਭ ਤੋਂ ਸੁਰੱਖਿਅਤ ਜੇਲ੍ਹਾਂ ਵਿੱਚੋਂ ਜਾਣੀ ਜਾਂਦੀ ਨਾਭਾ ਦੀ ਵੱਧ ਸਿਕਿਉਰਿਟੀ ਜੇਲ੍ਹ ਵਿੱਚ 10 ਸਾਲ ਦੀ ਸਜ਼ਾ ਕੱਟ ਰਹੇ ਕੈਦੀ ਵਰੁਣ ਕੁਮਾਰ ਨੂੰ ਮੁਲਾਕਾਤ ਕਰਨ ਆਏ ਦੋ ਵਿਅਕਤੀਆਂ ਨੇ ਘਰੇਲੂ ਸਮਾਨ ਵਿੱਚ ਪੌਣੇ 3 ਗ੍ਰਾਮ ਨਸ਼ੀਲਾ ਪਦਾਰਥ ਜੇਲ੍ਹ ਦੇ ਅੰਦਰ ਦੇ ਕੇ ਰਫੂ ਚੱਕਰ ਹੋ ਗਏ। ਜੇਲ੍ਹ ਅਧਿਕਾਰੀਆਂ ਨੇ ਬਾਅਦ ਵਿੱਚ ਤਲਾਸ਼ੀ ਲੈਣ ਦੇ ਨਸ਼ੀਲਾ ਪਦਾਰਥ ਕਬਜ਼ੇ ਵਿੱਚ ਲੈ ਕੇ ਕੋਤਵਾਲੀ ਨਾਭਾ ਪੁਲਿਸ ਨੇ ਕੈਦੀ ਵਰੁਣ ਕੁਮਾਰ ਦੇ ਖਿਲਾਫ਼ ਮਾਮਲਾ ਦਰਜ ਕਰ ਦਿੱਤਾ ਹੈ। ਇਸ ਸੰਬੰਧ ਵਿੱਚ SPD ਹਰਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਅਸੀਂ ਕੈਦੀ ਵਰੁਣ ਕੁਮਾਰ ਖਿਲਾਫ਼ ਪਰਚਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਸਾਡੇ ਕੋਲ ਇੱਕ ਇਨਫੋਰਮੇਸ਼ਨ ਅਸਿਸਟੈਂਟ ਸੁਪਰਡੈਂਟ ਮੈਕਸੀਮ ਸਿਕਿਉਰਿਟੀ ਜੇਲ੍ਹ ਨਾਭਾ ਮਿਸਟਰ ਕੁਲਦੀਪ ਸਿੰਘ, ਉਹਨਾਂ ਵੱਲੋਂ ਇੱਕ ਪੱਤਰ ਮਸੂਲ ਹੋਇਆ ਸੀ ਕਿ ਇੱਕ ਕੈਦੀ ਜੋ ਪਠਾਨਕੋਟ ਤੋਂ ਟ੍ਰਾਂਸਫਰ ਹੋ ਕੇ ਆਇਆ, ਉਹ ਜੋ 10 ਸਾਲ ਦੀ ਸਜ਼ਾ ਕੱਟ ਰਿਹਾ ਵਰੁਣ ਕੁਮਾਰ, ਤਾਂ ਵਰੁਣ ਕੁਮਾਰ ਨਾਂ ਦਾ ਜੋ ਕੈਦੀ ਹੈ ਉਹਦੇ ਸਾਨੂੰ ਵਿਨੋਦ ਕੁਮਾਰ, ਉਸ ਤੋਂ 3.25 ਗ੍ਰਾਮ ਦੇ ਕਰੀਬ ਜਿਹੜੀ ਹੈਗੀ ਹੈ ਕੋਈ ਚਿੱਟਾ ਨਸ਼ੀਲਾ ਪਾਊਡਰ ਬਰਾਮਦ ਹੋਇਆ। ਅਸੀਂ ਉਹ FIR ਦਰਜ ਕਰਕੇ ਉਹਦੀ ਤਫਤੀਸ਼ ਕਰ ਰਹੇ ਹਾਂ। ਮੁਕਦਮਾ ਕੋਤਵਾਲੀ ਨਾਭਾ ਦੇ ਵਿੱਚ ਅਸੀਂ ਮੁਕਦਮਾ ਨੰਬਰ 116 ਅੰਡਰ ਸੈਕਸ਼ਨ 22-85 ਲੌਜ ਕੀਤਾ, ਉਹਦੀ ਤਫਤੀਸ਼ ਕਰ ਰਹੇ ਹਾਂ। ਨਾਭਾ ਤੋਂ ਬ੍ਰਿਜ ਖੁਰਾਣਾ ਦੀ ਰਿਪੋਰਟ, ਚੈਨਲ 2।